ਜਦੋਂ ਖੇਤੀਬਾੜੀ ਦੀ ਪੜ੍ਹਾਈ 2 ਸਾਲ ਪਹਿਲਾਂ ਕਾਂਗਰਸ ਨੇ ਬੰਦ ਕੀਤੀ, ਉਦੋਂ ਆਮ ਆਦਮੀ ਪਾਰਟੀ ਦੇ ਇਹੀ ਸਿੱਖੋ ਇਹ ਕਹਿੰਦੇ ਰਹੇ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਖੇਤੀਬਾੜੀ ਦੀ ਪੜ੍ਹਾਈ ਨੂੰ ਚਾਲੂ ਕਰਾਂਗੇ। ਇਹ ਆਪ ਭੁੱਖ ਹੜਤਾਲ ਤੱਕ ਬੈਠਦੇ ਰਹੇ ਆ, ਗੁਰਦੇਵ ਸਿੰਘ ਸਿੱਖੋ ਸੰਧਵਾਂ ਸਾਹਿਬ ਧਰਨੇ ਸ਼ਾਮਿਲ ਹੁੰਦੇ ਰਹੇ ਆ। ਇੱਕੋ ਇੱਕ ਸਰਕਾਰੀ ਕਾਲਜ ਸੀ ਜਿੱਥੇ ਖੇਤੀਬਾੜੀ ਦੀ ਪੜ੍ਹਾਈ ਸੀ, ਉੱਥੇ ਵੀ ਬੰਦ ਕਰ ਰਹੀ ਹੈ। ਸਿੱਖਿਆ ਦਾ ਨਾਰਾ ਇਹਨਾਂ ਦਾ ਇਕੱਲਾ ਕਾਗਜ਼ਾਂ 'ਚ ਮਸ਼ਹੂਰੀਆਂ 'ਚ, ਜਿਵੇਂ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਭਗਵੰਤ ਮਾਨ ਇਹ ਬਾਅਦ 'ਚ ਕਹਿ ਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੇਰੀ ਸਰਕਾਰ 'ਚ ਕੀ ਚੱਲੀ ਜਾਂਦਾ, ਬਈ ਇਹੋ ਜਿਹੇ ਬਿਆਨ ਦੇ ਕੇ ਭਾਵੇਂ ਉਹ ਪਿੱਛੇ ਹੋ ਗਿਆ ਹੋਵੇ। ਉਹ ਕਹਿ ਰਹੇ ਸੀਗੇ ਕਿ ਅਸੀਂ ਸਰਕਾਰੀ ਕਾਲਜ ਕੋਰਸ ਪ੍ਰਾਈਵੇਟ ਨਹੀਂ ਕਰਾਂਗੇ, ਕਹਿ ਰਹੇ ਸੀ ਵੀ ਸਰਕਾਰੀ ਕਾਲਜ ਕੋਰਸ ਸਰਕਾਰੀ ਰਹੂਗਾ, ਤੇ ਇਹਨਾਂ ਨੇ ਗਰੰਟੀ ਲਈ ਇਸ ਗੱਲ ਤੇ ਸਾਡੇ ਨਾਲ। ਵੈਸੇ ਵਿਦਿਆਰਥੀਆਂ ਨੂੰ ਕਹਿ ਰਹੇ ਹੋ ਵੀ ਤੁਹਾਡੀ ਗਲਤੀ ਕਰਕੇ ਕੋਰਸ ਪ੍ਰਾਈਵੇਟ ਹੋਇਆ, ਵੀ ਸਰਕਾਰ ਦੱਸੇ ਕਿ ਵਿਦਿਆਰਥੀ ਜ਼ਿੰਮੇਵਾਰ ਹੁੰਦੇ ਜੇ ਕੋਈ ਕੋਰਸ ਪ੍ਰਾਈਵੇਟ ਹੋ ਜੇ। ਰੁਜ਼ਗਾਰ ਦੇ ਨਾਂ 'ਤੇ ਊਠ ਦੇ ਮੂੰਹ 'ਚ ਜੀਰਾ ਦਿੱਤਾ, ਕੁਛ ਜਣਿਆਂ ਨੂੰ ਨੌਕਰੀ ਦੇ ਕੇ ਪੂਰੇ ਪੰਜਾਬ ਦੇ ਰੁਜ਼ਗਾਰ ਦਾ ਮਾਮਲਾ ਉਹਨਾਂ ਨੇ ਹੱਲ ਨਹੀਂ ਕੀਤਾ। MLA ਆ ਜਾਂ ਭਗਵੰਤ ਮਾਨ, ਦੱਸਦੇ ਵੀ ਕਿਹੜੇ ਸਰਕਾਰੀ ਕਾਲਜ ਵਿੱਚ ਉਹਨੇ ਪ੍ਰੋਫੈਸਰ ਭਰਤੀ ਕੀਤੇ ਆ, ਇੱਕ ਵੀ ਪ੍ਰੋਫੈਸਰ ਸਰਕਾਰੀ ਕਾਲਜ ਵਿੱਚ ਸਰਕਾਰੀ ਭਰਤੀ ਨਹੀਂ ਕੀਤਾ ਹੈਗਾ। ਦੇਖੋ ਸਰਕਾਰ ਦੀ ਪਾਲਿਸੀ ਹੈ ਵੀ ਸਾਰੀ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ, ਉਸੇ ਨੀਤੀ ਤਹਿਤ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਜਿਹੜੀ ਖੇਤੀਬਾੜੀ ਦੀ ਪੜ੍ਹਾਈ ਸੀ ਉਹਨੂੰ ਪ੍ਰਾਈਵੇਟ ਕੀਤਾ ਗਿਆ, ਕੋਰਸ ਦੀ ਮਾਨਤਾ ਜਿਹੜੀ ਰੱਦ ਕੀਤੀ ਗਈ। ਅਸੀਂ 1 ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ, 23 ਦਿਨਾਂ ਤੋਂ ਸਰਕਾਰੀ ਬਰਜਿੰਦਰਾ ਕਾਲਜ 'ਚ ਪੱਕਾ ਧਰਨਾ ਚਲਾ ਰਹੇ ਹਾਂ ਕਿ ਖੇਤੀਬਾੜੀ ਦੀ ਪੜ੍ਹਾਈ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਮਾਮਲਾ, ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਜੇ ਖੇਤੀਬਾੜੀ ਦੀ ਪੜ੍ਹਾਈ ਨਹੀਂ ਹੋਊਗੀ ਤਾਂ ਕਿਸਾਨੀ ਅਤੇ ਮਜ਼ਦੂਰ ਨੇ ਕਿਵੇਂ ਡਿਵੈਲਪ ਹੋਣਾ। ਇਸ ਲਈ ਪੰਜਾਬ ਸਰਕਾਰ ਜਿੱਥੇ ਤਾਂ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਖੋ ਰਹੀ ਆ, ਉਹਦੇ ਨਾਲ ਨਾਲ ਕਿਸਾਨੀ ਨੂੰ ਹੋਰ ਸੰਕਟ ਵਿੱਚ ਜਿਹੜਾ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਲਗਾਤਾਰ 1 ਮਹੀਨੇ ਤੋਂ ਜਿਹੜਾ ਸਰਕਾਰ ਦੇ ਧਿਆਨ 'ਚ ਲਿਆ ਰਹੇ ਹਾਂ ਕਿ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ, BSC ਖੇਤੀਬਾੜੀ ਦੇ ਲਈ ਜਿੰਨੀਆਂ ਜ਼ਰੂਰੀ ਸ਼ਰਤਾਂ ਸਰਕਾਰ ਨੇ ਕੋਰਸ ਚਲਾਉਣ ਲਈ ਕਾਲਜ 'ਤੇ ਸਿੱਟੀਆਂ ਹੋਈਆਂ, ਕਾਲਜ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਨੂੰ ਵੀ ਤੁਸੀਂ ਸ਼ਰਤਾਂ ਪੂਰੀਆਂ ਕਰੋ, ਲੈਬ ਦੀ ਜ਼ਰੂਰਤ ਲੈਬ ਕਾਲਜ ਨੇ ਨਹੀਂ ਪੂਰੀ ਕਰਨੀ, ਸਰਕਾਰ ਨੇ ਪੂਰੀ ਕਰਨੀ ਹੈ, 32 ਪ੍ਰੋਫੈਸਰ ਚਾਹੀਦੇ ਆ, 32 ਪ੍ਰੋਫੈਸਰ ਸਰਕਾਰ ਨੇ ਭਰਤੀ ਕਰਨੇ, ਕਾਲਜ ਨੇ ਭਰਤੀ ਨਹੀਂ ਕਰਨੇ। ਇਹ ਡਿਮਾਂਡ ਸਾਰੀਆਂ ਕੋਰਸ ਨੂੰ ਚਲਾਉਣ ਦੀਆਂ ਸਾਰੀਆਂ ਸ਼ਰਤਾਂ ਸਰਕਾਰ ਪੂਰੀਆਂ ਕਰਕੇ ਕੋਰਸ ਦੀ ਮਾਨਤਾ ਬਹਾਲ ਕਰੇ ਅਤੇ ਕੋਰਸ ਨੂੰ ਸਰਕਾਰੀ ਕਰੇ। ਦੂਜੀ ਗੱਲ, ਆਮ ਆਦਮੀ ਪਾਰਟੀ ਆਪਦੇ ਗਲੋਂ ਜੂਲਾ ਲਾਉਣ ਲਈ 6 ਮਹੀਨੇ ਦੀ ਕੋਰਸ ਦੀ ਮਾਨਤਾ ਜਿਹੜੀ ਉਹ ਦੇ ਰਹੀ ਹੈ, ਤੁਸੀਂ ਇਹ ਸੋਚੋ ਵੀ 6 ਮਹੀਨੇ ਦੀ ਮਾਨਤਾ ਤੋਂ ਬਾਅਦ ਕੀ ਫਿਰ ਵਿਦਿਆਰਥੀ ਧਰਨਾ ਲਾਉਣਗੇ? ਹੁਣ 65 ਵਿਦਿਆਰਥੀ ਜਿਹੜੇ ਪਹਿਲੇ ਸਾਲ ਦੇ ਵਿਦਿਆਰਥੀ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਹੋਈ ਆ, 90% ਤੋਂ ਵੱਧ ਮੈਰਿਟ ਵਾਲੇ ਵਿਦਿਆਰਥੀ ਜਿਹੜੇ ਇੱਥੇ ਲਟਕੇ ਹੋਏ ਆ, ਉਹਨਾਂ ਦਾ ਦਾਖਲਾ ਰੁਕਿਆ ਹੋਇਆ, ਉਹ ਨਾ ਤਾਂ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਵੀ ਕੋਰਸ ਚੱਲੂਗਾ, ਨਾ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਵੀ ਕਿਤੇ ਹੋਰ ਜਾ ਕੇ ਦਾਖਲਾ ਕਰਾ ਲੈਣ। ਉਹ 65 ਵਿਦਿਆਰਥੀ ਲਟਕੇ ਹੋਏ ਆ, ਦੂਜੇ ਜਿਹੜੇ 49 ਵਿਦਿਆਰਥੀ ਦੂਜੇ ਸਾਲ 'ਚ ਜਿਹੜੇ ਹੁਣ ਦਾਖਲਾ ਲੈਣਾ ਸੀ ਜਿਹਨਾਂ ਨੇ, ਉਹਨਾਂ ਦੇ ਵੀ ਦਾਖਲੇ ਰੁਕੇ ਹੋਏ ਆ। ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਪੰਜਾਬ ਸਰਕਾਰ ਬੰਦ ਕਰੇ, ਕੋਰਸ ਨੂੰ ਮੁੜ ਤੋਂ ਚਾਲੂ ਕਰੇ, ਸਰਕਾਰੀ ਕਰੇ ਅਤੇ ਸਾਰੇ ਕੋਰਸ ਦੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰੇ। ਪਰ ਉਹ ਸਰਕਾਰ ਜਿਹੜੀ ਐਜੂਕੇਸ਼ਨ ਦੇ ਨਾਮ 'ਤੇ ਆਈ ਸੀ, ਜਿਹੜੇ ਕਹਿੰਦੇ ਸੀ ਕਿ ਐਜੂਕੇਸ਼ਨ ਨੂੰ ਬੜਾਵਾ ਅਸੀਂ ਦੇਣਾ ਹਿੰਦੁਸਤਾਨ ਦੇ ਵਿੱਚ, ਚਾਹੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਹੁਣ ਆਪਣਾ ਝਾੜੂ ਜਿਹੜਾ ਉਹ ਐਜੂਕੇਸ਼ਨ 'ਤੇ ਕਿਉਂ ਚਲਾਉਣ ਲੱਗੀ ਹੈ? ਦੇਖੋ ਸਰਕਾਰ ਇੱਕ ਇੱਕ ਵਾਅਦੇ ਤੋਂ ਆਪਦੀ ਜਿਹੜੀ ਭੱਜੀ ਆ, ਉਹਨਾਂ ਨੇ ਨਾ ਤਾਂ ਰੁਜ਼ਗਾਰ ਦਿੱਤਾ, ਰੁਜ਼ਗਾਰ ਦੇ ਨਾਂ 'ਤੇ ਊਠ ਦੇ ਮੂੰਹ 'ਚ ਜੀਰਾ ਦਿੱਤਾ, ਕੁਛ ਜਣਿਆਂ ਨੂੰ ਨੌਕਰੀ ਦੇ ਕੇ ਪੂਰੇ ਪੰਜਾਬ ਦੇ ਰੁਜ਼ਗਾਰ ਦਾ ਮਾਮਲਾ ਉਹਨਾਂ ਨੇ ਹੱਲ ਨਹੀਂ ਕੀਤਾ। ਦੂਜੀ ਗੱਲ, ਨਾ ਉਹਨਾਂ ਨੇ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ, ਜਿਹੜਾ ਉਹਨਾਂ ਨੇ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ, ਸਾਰੇ ਜਾਣਦੇ ਆ ਵੀ ਜਿਹੜੇ ਪਹਿਲਾਂ ਮੁਹੱਲਾ ਕਲੀਨਿਕ ਚੱਲਦੇ ਸੀ ਜਾਂ ਕੁਛ ਸਰਕਾਰੀ ਸੰਸਥਾਵਾਂ 'ਤੇ ਪੇਂਟ ਮਾਰ ਕੇ ਉੱਤੇ ਇਕੱਲਾ ਮੁਹੱਲਾ ਕਲੀਨਿਕ ਦੇ ਬੋਰਡ ਲਾਏ ਆ, ਨਾ ਕੋਈ ਡਾਕਟਰ ਭਰਤੀ ਕੀਤਾ ਉੱਥੇ, ਉਸੇ ਤਰ੍ਹਾਂ ਸਿੱਖਿਆ ਦਾ ਹਾਲ ਆ। ਸਿੱਖਿਆ ਵਿੱਚ ਵੀ ਇਹਨਾਂ ਨੇ ਸਾਰੇ ਵਿੱਦਿਅਕ ਸੰਸਥਾਵਾਂ ਨੂੰ, ਜਿਵੇਂ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਭਗਵੰਤ ਮਾਨ ਇਹ ਬਾਅਦ 'ਚ ਕਹਿ ਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੇਰੀ ਸਰਕਾਰ 'ਚ ਕੀ ਚੱਲੀ ਜਾਂਦਾ, ਬਈ ਇਹੋ ਜਿਹੇ ਬਿਆਨ ਦੇ ਕੇ ਭਾਵੇਂ ਉਹ ਪਿੱਛੇ ਹੋ ਗਿਆ ਹੋਵੇ, ਪਰ ਉਹ ਇੱਕ ਇੱਕ ਕਰਕੇ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਹਰ ਤਬਕੇ 'ਚ ਜਿਹੜਾ ਲਾਗੂ ਕਰ ਰਿਹਾ, ਹਰ ਥਾਂ 'ਤੇ ਪ੍ਰਾਈਵੇਟਾਈਜੇਸ਼ਨ ਨੂੰ ਬੜਾਵਾ ਦਿੱਤਾ ਜਾ ਰਿਹਾ, ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ, ਸਿੱਖਿਆ ਨੂੰ ਕੇਂਦਰ ਦੇ ਹੱਥਾਂ 'ਚ ਦਿੱਤਾ ਜਾ ਰਿਹਾ, ਕੇਂਦਰ ਦੀ ਜਿਹੜੀ ਨਵੀਂ
ਨਵੀਂ ਸਿੱਖਿਆ ਨੀਤੀ ਹੈ 2020 ਉਹ ਸਰਕਾਰ ਲਗਾਤਾਰ ਲਾਗੂ ਕਰ ਰਹੀ ਹੈ, ਜਿਹਦੇ ਤਹਿਤ ਪੰਜਾਬ ਦੇ ਵਿੱਦਿਅਕ ਅਦਾਰੇ ਜਿਹੜੇ ਬੰਦ ਹੋਣ ਕਿਨਾਰੇ ਜਾ ਰਹੇ ਆ। ਸਕੂਲ ਆਫ ਐਮੀਨੈਂਸ ਜਿਹੜਾ ਇਹਨਾਂ ਨੇ ਬਣਾਇਆ ਹੈ ਨਾ, ਕਹਿੰਦੇ ਅਸੀਂ ਸਿੱਖਿਆ 'ਚ ਕ੍ਰਾਂਤੀ ਲੈ ਕੇ ਆਉਂਦੀ, ਸਿੱਖਿਆ ਕ੍ਰਾਂਤੀ 'ਚ ਦਾ ਨਾਰਾ ਦੇ ਕੇ ਇਹਨਾਂ ਨੇ ਇੱਕੋ ਐਗਜ਼ਾਮਪਲ ਦਿੰਦੀ ਆ ਆਮ ਆਦਮੀ ਪਾਰਟੀ ਵੀ, ਅਸੀਂ ਸਕੂਲ ਆਫ ਐਮੀਨੈਂਸ ਬਣਾਏ ਆ। ਉਹ 118 ਸਕੂਲਾਂ ਦੇ ਪੈਸਾ ਲਾ ਕੇ ਅਤੇ ਬਾਕੀ ਸਕੂਲ ਕਿੱਧਰ ਨੂੰ ਜਾਣਗੇ? ਬਾਕੀ ਸਕੂਲ ਬੰਦ ਕਰਨੇ ਸਰਕਾਰ ਨੇ। ਇਹ ਵੀ ਜਿਹੜੀ ਕੇਂਦਰ ਦੀ ਸਿੱਖਿਆ ਨੀਤੀ ਕਹਿੰਦੀ ਹੈ ਵੀ ਕੁਛ ਸਕੂਲਾਂ 'ਤੇ ਪੈਸਾ ਲਾ ਦਿਓ, ਬਾਕੀ ਸਕੂਲ ਬੰਦ ਕਰ ਦਿਓ, ਇਹ ਵੀ ਕੇਂਦਰ ਦੀ ਸਿੱਖਿਆ ਨੀਤੀ ਰਾਹੀਂ ਕਰ ਰਹੇ ਆ। ਦੂਜੀ ਗੱਲ ਕਿ ਜੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ, ਇੱਕ ਵੀ ਸਰਕਾਰ ਦਾ ਸਰਕਾਰੀ ਕਾਲਜ ਦੱਸ ਦੇਣ, ਜਿਹੜੇ ਇੱਥੋਂ ਦੇ MLA ਜਾਂ ਭਗਵੰਤ ਮਾਨ ਦੱਸ ਦੇ ਵੀ ਕਿਹੜੇ ਸਰਕਾਰੀ ਕਾਲਜ ਵਿੱਚ ਉਹਨੇ ਪ੍ਰੋਫੈਸਰ ਭਰਤੀ ਕੀਤੇ ਆ। ਇੱਕ ਵੀ ਪ੍ਰੋਫੈਸਰ ਸਰਕਾਰੀ ਕਾਲਜ ਵਿੱਚ ਸਰਕਾਰੀ ਭਰਤੀ ਨਹੀਂ ਕੀਤਾ ਹੈਗਾ, ਅਤੇ ਜਿਹੜੇ ਲੰਮੇ ਸਮੇਂ ਤੋਂ 20-20 ਸਾਲ ਤੋਂ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਇੱਕ ਵੀ ਸਰਕਾਰ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਹੈਗਾ, ਕੋਈ ਨਾ ਤਾਂ ਸਰਕਾਰੀ ਭਰਤੀ ਹੋਈ ਅਤੇ ਜਿਹੜੇ ਪ੍ਰੋਫੈਸਰ ਪੜ੍ਹਾ ਰਹੇ ਨਾ ਉਹਨਾਂ ਨੂੰ ਸਰਕਾਰੀ ਕੀਤਾ। ਫਿਰ ਸਿੱਖਿਆ ਕ੍ਰਾਂਤੀ ਦਾ ਨਾਰਾ ਕਿੱਥੇ ਗਿਆ? ਨਾ ਤਾਂ ਸਕੂਲਾਂ 'ਤੇ, ਸਕੂਲਾਂ ਦਾ ਹਾਲ ਵੀ ਮਾੜਾ ਹੋ ਰਿਹਾ, ਕਾਲਜਾਂ ਦੀ ਹਾਲਤ ਵੀ ਮਾੜੀ ਆ, ਅਤੇ ਇੱਕੋ ਇੱਕ ਸਰਕਾਰੀ ਕਾਲਜ ਸੀ ਜਿੱਥੇ ਖੇਤੀਬਾੜੀ ਦੀ ਪੜ੍ਹਾਈ ਸੀ। ਜੇ ਸਰਕਾਰ ਕਿਸਾਨੀ ਮੁੱਦਿਆਂ ਨੂੰ ਨਜਿੱਠਣਾ ਚਾਹੁੰਦੀ ਸੀ ਤਾਂ ਸਿੱਖਿਆ ਖੇਤੀਬਾੜੀ ਦੀ ਪੜ੍ਹਾਈ ਹੋਰ ਕਾਲਜਾਂ 'ਚ ਚਾਲੂ ਕਰਦੀ, ਅਤੇ ਜਿੱਥੇ ਸੀਗੀ ਸਿੱਖਿਆ ਦੀ ਖੇਤੀਬਾੜੀ ਦੀ ਪੜ੍ਹਾਈ ਉੱਥੇ ਵੀ ਬੰਦ ਕਰ ਰਹੀ ਹੈ। ਸਿੱਖਿਆ ਦਾ ਨਾਰਾ ਇਹਨਾਂ ਦਾ ਇਕੱਲਾ ਕਾਗਜ਼ਾਂ 'ਚ ਆ, ਮਸ਼ਹੂਰੀਆਂ 'ਚ ਆ, ਹੋਰ ਇਹਨਾਂ ਨੇ ਕਿਤੇ ਕੁਛ ਜਿਹੜਾ ਲਾਗੂ ਨਹੀਂ ਕੀਤਾ। ਉੱਥੇ ਖੜੇ ਹੋ ਅੱਜ ਜਿੱਥੇ ਕੁਝ ਦਿਨ ਪਹਿਲਾਂ ਗੁਰਦੇਵ ਸਿੰਘ ਸੇਖੋਂ ਨਾਲ ਤੁਹਾਡੀ ਕਾਫੀ ਵਾਰਤਾਲਾਪ ਹੁੰਦੀ ਹੈ, ਤਲਖੀ ਤੱਕ ਵੀ ਪਹੁੰਚ ਜਾਂਦੀ ਹੈ, ਗੁਰਦੇਵ ਸਿੰਘ ਸੇਖੋਂ ਤਲਖੀ ਵੀ ਖਾ ਜਾਂਦੇ ਆ ਤੁਹਾਡੇ 'ਤੇ, ਅੱਜ ਫਿਰ ਉੱਥੇ ਖੜੇ ਹੋ, ਗੁਰਦੇਵ ਸਿੰਘ ਸੇਖੋਂ ਦਾ ਕੀ ਸੰਬੰਧ ਹੈ ਇਸ ਮਾਮਲੇ ਨਾਲ, ਖਾਸ ਕਰਕੇ ਇਸ ਕਾਲਜ ਦੇ ਨਾਲ ਜਿਹੜਾ ਵਾਰ ਵਾਰ ਇੱਥੇ ਆਇਆ ਜਾਂਦਾ? ਇੱਕ ਤਾਂ MLA ਨੇ ਮੰਨ ਲਿਆ, ਪਰ ਹੋਰ ਕੀ ਖਾਸ ਰਿਸ਼ਤਾ ਜਿਹੜਾ ਇੱਥੇ ਆਇਆ ਜਾਂਦਾ? ਦੇਖੋ, ਉਹਨਾਂ ਨਾਲ ਸਾਡਾ ਇਹ ਖਾਸ ਰਿਸ਼ਤਾ ਕਿ ਉਹਨਾਂ ਨੇ ਇਸੇ ਮੰਗ 'ਤੇ ਆਪ ਰਾਜਨੀਤੀ ਕੀਤੀ ਹੈ, ਇਸੇ ਮੰਗ 'ਤੇ ਉਹਨਾਂ ਨੇ ਵੋਟਾਂ ਮੰਗੀਆਂ। ਇੱਥੇ ਜਦੋਂ ਖੇਤੀਬਾੜੀ ਦੀ ਪੜ੍ਹਾਈ 2 ਸਾਲ ਪਹਿਲਾਂ ਕਾਂਗਰਸ ਨੇ ਬੰਦ ਕੀਤੀ, ਉਦੋਂ ਆਮ ਆਦਮੀ ਪਾਰਟੀ ਦੇ ਇਹੀ ਸੇਖੋਂ ਇਹ ਕਹਿੰਦੇ ਰਹੇ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਖੇਤੀਬਾੜੀ ਦੀ ਪੜ੍ਹਾਈ ਨੂੰ ਚਾਲੂ ਕਰਾਂਗੇ। ਇਹ ਆਪ ਭੁੱਖ ਹੜਤਾਲ ਤੱਕ ਬੈਠਦੇ ਰਹੇ ਆ, ਗੁਰਦੇਵ ਸਿੰਘ ਸੇਖੋਂ ਸੰਧਵਾਂ ਸਾਹਿਬ ਧਰਨੇ ਸ਼ਾਮਿਲ ਹੁੰਦੇ ਰਹੇ ਆ ਕਿ ਅਸੀਂ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਖੇਤੀਬਾੜੀ ਦੀ ਪੜ੍ਹਾਈ ਚਾਲੂ ਕਰਾਂਗੇ। ਇਸ ਕਰਕੇ ਵੀ ਜਿਹੜੀ ਗੱਲ 'ਤੇ ਤੁਸੀਂ ਆਪ ਰਾਜਨੀਤੀ ਕੀਤੀ, ਜਿਹੜੀ ਗੱਲ 'ਤੇ ਤੁਸੀਂ ਵੋਟਾਂ ਲਈਆਂ ਲੋਕਾਂ ਤੋਂ, ਉਸੇ ਗੱਲ 'ਤੇ ਅੱਜ ਉਹਨਾਂ ਨੂੰ ਘੇਰ ਰਹੇ ਆ ਕਿ ਜੇ ਤੁਸੀਂ ਜਿਹੜੀਆਂ ਗੱਲਾਂ ਵੋਟਾਂ 'ਚ ਆਉਣ ਤੋਂ ਪਹਿਲਾਂ ਕਰਦੇ ਰਹੇ ਹਾਂ, ਸੱਤਾ 'ਚ ਆਉਣ ਤੋਂ ਪਹਿਲਾਂ ਕਰਦੇ ਰਹੇ ਹਾਂ, ਉਹ ਹੁਣ ਪੂਰੀਆਂ ਕਰੋ। ਜੇ ਸਰਕਾਰ 'ਚ ਰਹਿਣਾ, ਜੇ ਤੁਸੀਂ ਦੁਬਾਰਾ ਲੋਕਾਂ ਤੋਂ ਵੋਟਾਂ ਦੀ ਆਸ ਕਰਦੇ ਹਾਂ ਤਾਂ ਆਪਦੀ ਜਿਹੜੀ ਗੱਲ 'ਤੇ ਤੁਸੀਂ ਖੜ੍ਹੇ ਸੀਗੇ ਵੀ ਇਸ ਅਸੀਂ ਸਰਕਾਰ ਆਉਣ ਤੋਂ ਬਾਅਦ ਇਹ ਕਰਾਂਗੇ ਤਾਂ ਉਹਨਾਂ ਦੇ ਕਰਵਾਇਆ ਜਾਊਗਾ, ਲੋਕ ਜ਼ੋਰ ਲਾ ਕੇ ਕਰਵਾਉਣਗੇ। ਪਿਛਲੀ ਸਾਲ ਵੀ ਇਹਨਾਂ ਨੇ ਧਰਨੇ ਪ੍ਰਦਰਸ਼ਨਾਂ ਕਰਕੇ ਐਗਰੀਕਲਚਰ ਚਲਾਈ ਸੀ, ਇਸੇ ਕਰਕੇ ਵਾਰ ਵਾਰ ਇਹਨਾਂ ਦੇ ਪ੍ਰੈਸ਼ਰ ਪਾ ਰਹੇ। ਇੱਕ ਤਾਂ ਸਰਕਾਰ ਦੇ ਨੁਮਾਇੰਦੇ ਨੇ, ਦੂਜੀ ਗੱਲ ਸੇਖੋਂ ਸਾਹਿਬ ਨੇ ਇਸ ਗੱਲ 'ਤੇ ਰਾਜਨੀਤੀ ਕੀਤੀ ਹੈ, ਇਸ ਗੱਲ 'ਤੇ ਇਹਨਾਂ ਨੂੰ ਬਰੀ ਨਹੀਂ ਕਰਾਂਗੇ ਅਸੀਂ ਵੀ ਜਿਹੜੀ ਗੱਲ 'ਤੇ ਤੁਸੀਂ ਚੋਣਾਂ 'ਚ ਸੱਤਾ 'ਚ ਆਏ ਹਾਂ ਉਸੇ ਮਾਮਲੇ ਨੂੰ ਤੁਹਾਡੇ ਤੋਂ ਹੱਲ ਕਰਵਾ ਕੇ ਰਵਾਂਗੇ। ਤੁਸੀਂ ਕਿਹਾ ਕਿ ਇਸੇ ਗੱਲ ਦੇ ਉੱਪਰ ਰਾਜਨੀਤੀ ਕਰਦੇ ਰਹੇ, ਚਾਹੇ ਸੰਧਵਾਂ ਸਾਹਿਬ ਹੋਣ, ਚਾਹੇ ਗੁਰਦੇਵ ਸਿੰਘ ਹੋਰੀ ਹੋਣ, ਹੁਣ ਜਦੋਂ ਸੱਤਾ ਦੇ ਵਿੱਚ ਆਏ ਉਸ ਤੋਂ ਬਾਅਦ ਮਿਲੇ ਤਾਂ ਉਸ ਤੋਂ ਬਾਅਦ ਤੁਸੀਂ ਯਾਦ ਕਰਵਾਇਆ, ਚੇਤੇ ਕਰਵਾਇਆ ਕਿ ਸੇਖੋਂ ਸਾਹਿਬ ਇਹ ਵੀ ਇੱਕ ਮਸਲਾ ਹੈ ਜਿਸ ਦੇ ਉੱਪਰ ਤੁਸੀਂ ਵੋਟਾਂ ਵਟੋਰੀਆਂ ਨੇ, ਖਾਸ ਕਰ ਜੇਕਰ ਸਟੂਡੈਂਟਾਂ ਦੀਆਂ ਹੀ ਮੰਨ ਲਈਆਂ ਨੇ, ਮਾਪਿਆਂ ਦੀਆਂ ਮੰਨ ਲਈ ਇਹਨਾਂ ਦੀਆਂ, ਤਾਂ ਇਸ ਦੇ ਉੱਪਰ ਕੀ ਕਰ ਰਹੇ ਹੋ, ਕੀ ਕਹਿਣਾ ਸੀ? ਅਸੀਂ ਜਦੋਂ ਪਿਛਲੇ ਮਹੀਨੇ ਜਦੋਂ ਸੇਖੋਂ ਦਾ ਘਰਾਓ ਕੀਤਾ ਤਾਂ ਉਹ ਪਹਿਲਾਂ ਬਹੁਤ ਤਲਖੀ 'ਚ ਆਏ, ਉਹ ਕਹਿ ਰਹੇ ਸੀਗੇ ਕਿ ਅਸੀਂ ਸਰਕਾਰੀ ਕਾਲਜ 'ਚ ਕੋਰਸ ਪ੍ਰਾਈਵੇਟ ਨਹੀਂ ਕਰਾਂਗੇ, ਕਹਿ ਰਹੇ ਸੀ ਵੀ ਸਰਕਾਰੀ ਕਾਲਜ 'ਚ ਕੋਰਸ ਸਰਕਾਰੀ ਰਹੂਗਾ, ਅਤੇ ਇਹਨਾਂ ਨੇ ਗਰੰਟੀ ਲਈ ਇਸ ਗੱਲ 'ਤੇ ਸਾਡੇ ਨਾਲ ਵੈਸੇ ਕਿ ਤੁਹਾਡੇ ਕਾਲਜ ਦੀ ਗਲਤੀ ਕਰਕੇ ਵਿਦਿਆਰਥੀਆਂ ਨੂੰ ਕਹਿ ਰਹੇ ਹੋ ਵੀ ਤੁਹਾਡੀ ਗਲਤੀ ਕਰਕੇ ਕੋਰਸ ਪ੍ਰਾਈਵੇਟ ਹੋਇਆ, ਵੀ ਸਰਕਾਰ ਦੱਸੇ ਕਿ ਵਿਦਿਆਰਥੀ ਜ਼ਿੰਮੇਵਾਰ ਹੁੰਦੇ ਜੇ ਕੋਈ ਕੋਰਸ ਪ੍ਰਾਈਵੇਟ ਹੋ ਜੇ। ਸਾਨੂੰ ਉਹਨਾਂ ਨੇ ਉਲਟਾ ਸਾਨੂੰ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕਰਕੇ ਕੋਰਸ ਪ੍ਰਾਈਵੇਟ ਹੋਇਆ, ਤੁਸੀਂ ਨਹੀਂ, ਵਿਦਿਆਰਥੀਆਂ ਨੇ ਨਹੀਂ ਚਲਾਇਆ ਕੋਰਸ ਨੂੰ, ਪਹਿਲੀ ਗੱਲ ਉਹਨਾਂ ਨੇ ਸਾਡੇ ਸਿਰ ਭੰਨਿਆ। ਦੂਜੀ ਗੱਲ ਉਹ ਇਸ ਗੱਲ ਤੋਂ ਮੁੱਕਰੇ ਵੀ ਅਸੀਂ ਪ੍ਰਾਈਵੇਟ ਕੀਤਾ, ਕਹਿੰਦੇ ਸਰਕਾਰੀ ਚੱਲੂਗਾ ਕੋਰਸ, ਪ੍ਰਾਈਵੇਟ ਨਹੀਂ ਹੋਣ ਦੇਵਾਂਗੇ, ਕਹਿੰਦੇ ਨਾ ਫੀਸ ਵਧਣ ਦੇਵਾਂਗੇ ਨਾ ਕੋਰਸ ਨੂੰ ਪ੍ਰਾਈਵੇਟ ਹੋਣ ਦੇਵਾਂਗੇ। ਉਹਨਾਂ ਨੇ 2 ਦਿਨ ਦਾ ਜਦੋਂ ਸਵੇਰੇ ਜਦੋਂ
ਜਦੋਂ ਅਸੀਂ ਧਰਨਾ ਲਾਇਆ ਉਦੋਂ ਤਲਖੀ 'ਚ ਆਏ, ਫਿਰ ਜਦੋਂ 2 ਵਜੇ ਤੱਕ ਧਰਨਾ ਚੱਲਿਆ ਉਦੋਂ ਸਾਨੂੰ 2 ਦਿਨ ਦਾ ਭਰੋਸਾ ਦੇ ਕੇ ਗਏ ਆ, ਠੰਡੇ ਹੋ ਕੇ ਵੀ ਠੀਕ ਆ ਵੀ 2 ਦਿਨਾਂ 'ਚ ਤੁਹਾਡਾ ਮਾਮਲਾ ਹੱਲ ਕਰ ਦਾਂਗੇ, ਪਰ ਉਹ 2 ਦਿਨ ਹਜੇ ਨਹੀਂ ਆਏ। ਇਹ ਤੋਂ ਬਾਅਦ ਉਹਨਾਂ ਨੇ ਮੂੰਹ ਤੱਕ ਨਹੀਂ ਦਿਖਾਇਆ ਆਪਦਾ, 23 ਦਿਨਾਂ ਤੋਂ ਉਹਨਾਂ ਦੀ ਸਰਕਾਰ ਖਿਲਾਫ ਧਰਨਾ ਚੱਲ ਰਿਹਾ, 1 ਦਿਨ ਵੀ ਉਹਨਾਂ ਨੇ ਆ ਕੇ ਨਹੀਂ ਕਿਹਾ ਵੀ ਤੁਹਾਡਾ ਮਾਮਲਾ ਹੱਲ ਕਰ ਦਾਂਗੇ। ਅੱਛਾ, ਇੱਕ ਗੱਲ ਹੋ ਰਿਹਾ, ਮਤਲਬ ਪੂਰੇ ਪੰਜਾਬ ਦੇ ਵਿੱਚ ਡਾਂਕੇ ਵਜਾਏ ਜਾ ਰਹੇ ਆ ਸਿੱਖਿਆ 'ਤੇ ਵੀ ਪੰਜਾਬ ਦੇ ਵਿੱਚ ਸਿੱਖਿਆ ਦਾ ਪੱਧਰ ਬਹੁਤ ਉੱਚਾ ਹੋ ਗਿਆ, ਪੰਜਾਬ ਦੇ ਸਕੂਲਾਂ ਨੂੰ ਜਿਵੇਂ ਕਿ ਐਮਏਨਐਸ ਬਣਾ ਦਿੱਤਾ, ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਹੋ ਗਿਆ, ਤੁਸੀਂ ਸਟੂਡੈਂਟਾਂ ਦੀ ਲੜਾਈ ਲੜਦੇ ਹੋ, ਤੁਹਾਨੂੰ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਸਿੱਖਿਆ ਨੀਤੀ ਜਿਹੜੀ ਆ ਉਹ ਜਿਹੜੀ ਕਿ ਦਿੱਲੀ ਵਾਲੀ ਲਾਗੂ ਹੋ ਚੁੱਕੀ ਹੈ, ਪੰਜਾਬ ਦੀ ਸਿੱਖਿਆ ਨੀਤੀ ਬਹੁਤ ਵਧੀਆ ਜਿਹਨੂੰ ਅਮਰੀਕਾ ਦਾ ਰਾਸ਼ਟਰਪਤੀ ਦੇਖਣ ਆਵੇਗਾ ਜਿਵੇਂ ਦਿੱਲੀ 'ਚ ਕਹਿੰਦੇ ਸੀ ਦੇਖਣ ਆਵੇਗਾ, ਅਜਿਹਾ ਕੁਝ ਹੋ ਰਿਹਾ? ਜੀ ਬਿਲਕੁਲ, ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਸਿੰਗਾਪੁਰ ਅਧਿਆਪਕ ਲਿਜਾਣ ਦਾ ਵੀ ਜਿਹੜਾ ਉਹ ਪੂਰੇ ਦਾ ਪੂਰਾ ਕੰਮ ਕੀਤਾ ਅਤੇ ਉਹਨੂੰ ਪ੍ਰਚਾਰ ਰਿਹਾ ਵੀ ਬਹੁਤ ਜ਼ਿਆਦਾ ਕਿ ਸਿੰਗਾਪੁਰ ਦਾ ਐਜੂਕੇਸ਼ਨ ਦਾ ਮਾਡਲ ਇੱਥੇ ਲਾਗੂ ਕਰਨਾ। ਪਰ ਤੁਸੀਂ ਦੇਖੋ ਪਿਛਲੇ ਦਿਨੀ ਜਿਹੜਾ ਸਕੂਲ ਦਾ ਜਿਹੜਾ ਸਟਰਕਚਰ ਪੂਰਾ ਡਿੱਗਿਆ ਜਿਹਦੇ 'ਚ ਇੱਕ ਅਧਿਆਪਕਾਂ ਦੀ ਮੌਤ ਹੋ ਜਾਂਦੀ ਆ, ਹੈ ਨਾ, ਉਹ ਸਾਡਾ ਸਟਰਕਚਰ ਬਿਆਨ ਕਰਦਾ ਕਿ ਜਿਹੜਾ ਢਾਂਚਾ ਸਕੂਲੀ ਢਾਂਚਾ ਇਸ ਤਰ੍ਹਾਂ ਦਾ ਹੈਗਾ। ਕਾਲਜੀ ਢਾਂਚਾ ਸਰਕਾਰ ਨੇ 1998 ਤੋਂ ਕਿਸੇ ਸਰਕਾਰ ਨੇ ਕੋਈ ਭਰਤੀ ਨਹੀਂ ਕੀਤੀ, ਅਤੇ ਜਿਹੜੀ ਇਹ ਬਦਲਾਅ ਦੀ ਗੱਲ ਕਰਦੇ ਇਹਨਾਂ ਨੇ ਵੀ ਉਹ ਭਰਤੀ ਕਿਤੇ ਵੀ ਉਹ ਨਹੀਂ ਕੀਤੀ ਹੈਗੀ। ਅੱਜ ਕਾਲਜਾਂ ਦੀ ਇਹ ਹਾਲਤ ਆ ਮੇਰੇ ਸਾਹਮਣੇ, ਅਸੀਂ ਦੇਖਦੇ ਅਸੀਂ ਪਿਛਲੇ ਦਿਨ ਲੁਧਿਆਣੇ ਕਾਲਜ 'ਚ ਸੀ, ਕਾਲਜ ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ ਪ੍ਰਾਈਵੇਟ ਕੋਰਸ ਚਲਾਇਆ ਜਾ ਰਿਹਾ, ਅਤੇ ਉਹ ਕੋਰਸ ਲੁਧਿਆਣੇ ਦਾ ਜਿਹੜਾ ਸਰਕਾਰੀ ਕਾਲਜ ਆ ਉਹਦੇ ਵਿੱਚ ਬੀ ਕੌਮ ਇੱਕ ਸਰਕਾਰੀ ਵੀ ਚੱਲ ਰਹੀ, ਇੱਕ ਪ੍ਰਾਈਵੇਟ ਵੀ ਚੱਲ ਰਹੀ ਹੈ। ਜਿਹੜੇ ਸਟੂਡੈਂਟ ਸਰਕਾਰੀ ਕੋਰਸ ਦੇ ਵਿੱਚ ਪੜ੍ਹ ਰਹੇ ਉਹਨਾਂ ਦੀ ਫੀਸ 10,000 ਰੁਪਏ ਆ, ਅਤੇ ਜਿਹੜੇ ਪ੍ਰਾਈਵੇਟ ਵਿੱਚ ਪੜ੍ਹਦੇ ਆ ਉਹਨਾਂ ਦੀ 40,000 ਰੁਪਏ ਫੀਸ ਆ। ਇੱਕੋ ਕਾਲਜ ਸਰਕਾਰ ਦੇ ਅੰਡਰ ਆ ਪਰ ਉੱਥੇ ਕੋਰਸਾਂ ਦੇ ਵਿੱਚ ਫਰਕ ਆ। ਇਹੀ ਫਰਕ ਜਿਹੜਾ ਇੱਥੇ ਬਰਜਿੰਦਰਾ ਕਾਲਜ ਇਹਨਾਂ ਨੇ BSc ਐਗਰੀਕਲਚਰ ਵਿੱਚ ਪਾਉਣਾ ਸ਼ੁਰੂ ਕੀਤਾ ਕਿ ਇਹ ਅੱਜ ਤੋਂ ਬਾਅਦ ਸਰਕਾਰੀ ਨਹੀਂ ਪ੍ਰਾਈਵੇਟ ਹੋਊਗਾ। ਤੁਸੀਂ ਦੇਖੋ ਇਹ ਸਰਕਾਰ ਜਿਹੜੀ ਇਹ ਕਹਿੰਦੀ ਸਰਕਾਰ ਦਾ ਕੀ ਮਤਲਬ ਹੈ ਕਿ ਸਰਕਾਰ ਸਰਕਾਰੀ ਚੀਜ਼ਾਂ 'ਤੇ ਲੋਕਾਂ ਨੂੰ ਕੁਝ ਸੁਵਿਧਾਵਾਂ ਦੇਣੀਆਂ ਹੁੰਦੀਆਂ, ਐਜੂਕੇਸ਼ਨ ਹੈਲਥ ਹੈ ਵਾਤਾਵਰਨ ਆ ਸਾਡੀ ਸਿਕਿਉਰਿਟੀ ਆ, ਇਹ ਮਾਮਲੇ ਦੇਖਣੇ ਸੀ ਸਰਕਾਰ ਨੇ ਕਿਉਂਕਿ ਟੈਕਸ ਲਿਆ ਲੋਕਾਂ ਤੋਂ ਅਤੇ ਉਹ ਸਾਰਾ ਸਿਸਟਮ ਇਹਨਾਂ ਨੇ ਹੱਲ ਕਰਕੇ ਦੇਣਾ ਸੀ। ਪਰ ਉਹ ਸਾਰੀਆਂ ਚੀਜ਼ਾਂ 'ਚੋਂ ਸਿਕਿਉਰਿਟੀ 'ਚ ਪੰਜਾਬ ਦਾ ਜੋ ਬੁਰਾ ਹਾਲ ਹੈ, ਹੈ ਨਾ, ਅੱਜ ਤੁਰੇ ਜਾਂਦੇ ਦਿਨੇ ਤੁਰੇ ਜਾਂਦੇ ਤੱਕ ਲੁੱਟ ਖੋ ਰਹੀ ਹੈਗੀ ਆ, ਕਤਲ ਤੱਕ ਹੋ ਰਹੇ ਹੈਗੇ ਆ, ਜਿਹੜਾ ਨਸ਼ਿਆਂ ਦੇ ਮਾਮਲੇ 'ਚ ਸਾਡੇ ਸਾਹਮਣੇ ਇੱਕ ਸਥਿਤੀ ਹੈਗੀ ਆ ਕਿ ਉਦੋਂ ਮਾੜੀ ਹਾਲਤ ਹੋਈ ਹੈਗੀ ਆ। ਅਤੇ ਜਦੋਂ ਅਸੀਂ ਐਜੂਕੇਸ਼ਨ ਦੀ ਵੀ ਗੱਲ ਕਰਦੇ ਹਾਂ, ਐਜੂਕੇਸ਼ਨ ਦਾ ਐਡਾ ਭੱਠਾ ਬੈਠਿਆ ਹੈਗਾ, ਹਾਇਰ ਐਜੂਕੇਸ਼ਨ ਦਾ ਤਾਂ ਬਹੁਤ ਜ਼ਿਆਦਾ, ਇੰਨੀ ਜ਼ਿਆਦਾ ਮਾੜੀ ਹਾਲਤ ਆ ਕਾਲਜਾਂ ਦੀ, ਨਾ ਤਾਂ ਪ੍ਰੋਪਰ ਬਿਲਡਿੰਗਾਂ ਹੈ, ਅਤੇ ਉਹ ਜਿਹੜੇ ਬਿਲਡਿੰਗ ਦੇ ਜੇ ਬੱਚੇ ਵੱਧ ਵੀ ਰਹੇ ਆ ਇਸ ਸਾਲ ਤਾਂ ਉਹਨਾਂ ਲਈ ਪੜ੍ਹਾਉਣ ਲਈ ਅਧਿਆਪਕ ਨਹੀਂ ਹੈ, ਅਤੇ ਉਹ ਅਧਿਆਪਕਾਂ ਦੀ ਨਾ ਤਾਂ ਕੋਈ, ਜਿਹੜੇ ਅਧਿਆਪਕ ਕੱਚੇ ਰੱਖੇ ਹੋਏ ਉਹਨਾਂ ਦੀ ਨਾ ਤਾਂ ਸੈਲਰੀ ਦਿੱਤੀ ਜਾਂਦੀ ਹੈ ਨਾ ਕੁਛ ਦਿੱਤਾ ਜਾਂਦਾ। ਇਹਨਾਂ ਮੰਗਾਂ ਨੂੰ ਲੈ ਕੇ ਜੇ ਅਸੀਂ ਇੱਥੇ ਆ ਜਾਈਏ, ਪਿਛਲੀ ਵਾਰ ਵੀ ਜਦੋਂ ਇੱਥੇ ਲੈ ਕੇ ਆਏ ਅਸੀਂ ਸਟੂਡੈਂਟ, ਅਸੀਂ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਗੱਲਬਾਤ ਕਰਨ ਆਏ ਸੀਗੇ, ਬੜੇ ਹੀ ਬੇਹੁਦਾ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਗਈ। ਆਹ ਸੇਖੋ ਸਾਹਿਬ ਸਾਡੇ ਨਾਲ ਬੈਸੇ ਅਤੇ ਬਹੁਤ ਘਟੀਆ ਤਰੀਕੇ ਨਾਲ ਗੱਲ ਕਰ ਰਹੇ, ਜਿਸ ਤਰ੍ਹਾਂ ਐਂ ਲੱਗਦਾ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਇਹਨਾਂ ਦੀ। ਅਤੇ ਅਸੀਂ ਇਹ ਮੰਨਦੇ ਹਾਂ ਕਿ ਇਹਨਾਂ 'ਤੇ ਜਿਹੜਾ ਤਾਕਤ ਦਾ ਜਿਹੜਾ ਉਹ ਜਿਹੜਾ ਨਸ਼ਾ ਉਹ ਜਿਹੜਾ ਸਿਰ 'ਤੇ ਚੜ ਗਿਆ ਹੈਗਾ, ਇਹਨਾਂ 'ਤੇ ਸੱਤਾ ਦਾ ਨਸ਼ਾ ਜਿਹੜਾ ਸਿਰ 'ਤੇ ਚੜਿਆ ਹੈਗਾ, ਇਹ ਨਸ਼ਾ ਲੋਕਾਂ ਨੇ, ਇਹ ਤਾਕਤ ਦਾ ਜਿਹੜਾ ਭੂਤ ਸੀਗਾ ਇਹ ਲੋਕਾਂ ਨੇ MP ਦੇ ਇਲੈਕਸ਼ਨ ਵੇਲੇ ਵੀ ਲਾਇਆ ਹੈਗਾ ਪਰ ਹਜੇ ਲੱਥਿਆ ਨਹੀਂ ਹੈ। ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨ ਜਿਹੜਾ ਆਟੋਨਮਸ ਕਰ ਰਹੇ ਸੀ 8 ਸਰਕਾਰੀ ਕਾਲਜ ਜਿਹਨੂੰ ਪ੍ਰਾਈਵੇਟ ਕਰ ਰਹੇ ਸੀ, ਅਤੇ ਜਦੋਂ ਉਹ ਫੈਸਲਾ ਵਾਪਸ ਲਿਆ ਹੈਗਾ ਉਹ ਵੀ ਸੰਘਰਸ਼ ਕਰਨ ਤੋਂ ਬਾਅਦ, ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਸਾਨੂੰ ਅਫਸਰਾਂ ਨੇ ਗੁੰਮਰਾਹ ਕੀਤਾ। ਤੁਸੀਂ ਦੇਖੋ ਕਿ ਯਾਰ ਸਰਕਾਰ ਕਿਸ ਤਰ੍ਹਾਂ ਚਲਾ ਰਹੇ ਆ ਕਿ ਇਹਨਾਂ ਨੂੰ ਇੱਕ ਕੋਈ ਵੀ ਅਫਸਰ ਆ ਕੇ ਗੁੰਮਰਾਹ ਕਰ ਜਾ ਰਿਹਾ ਹੈਗਾ। ਫਿਰ ਤੁਸੀਂ ਸਰਕਾਰ 'ਤੇ ਫਿਰ ਤੁਹਾਡਾ ਕੋਈ ਹੱਕ ਨਹੀਂ ਕਿ ਤੁਸੀਂ ਇਸ ਤਰ੍ਹਾਂ ਮੁੱਖ ਮੰਤਰੀ ਬਣੇ ਰਹੋ ਜੇ ਤੁਹਾਨੂੰ ਅਫਸਰ ਹੀ ਹੇਠਲਾ ਗੁੰਮਰਾਹ ਕਰ ਰਿਹਾ ਤਾਂ। ਪਰ ਇੱਕ ਸੋਚੀ ਸਮਝੀ ਚਾਲ ਨਾਲ, ਸਾਜਿਸ਼ ਨਾਲ, ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਅਣਗਹਿਲੀ ਅਤੇ ਸਾਜਿਸ਼ ਵਿੱਚ ਫਰਕ ਆ,
ਅਣਗਹਿਲੀ ਹੈ, ਅਣਗਹਿਲੀ ਕੋਈ ਨਹੀਂ ਹੈ ਇੱਥੇ। ਇੱਥੇ ਬੜੇ ਤਰੀਕੇ ਨਾਲ ਇੱਕ ਸਾਜ਼ਿਸ਼ ਕੀਤੀ ਜਾ ਰਹੀ ਆ, ਜਿਹਦੇ 'ਚੋਂ ਇਹ ਜਿਹੜੇ ਸਰਕਾਰੀ ਕਾਲਜ ਇਹਨਾਂ ਨੇ ਰਹਿਣ ਨਹੀਂ ਦੇਣਗੇ। ਸਰਕਾਰੀ ਕਾਲਜ ਹੌਲੀ ਹੌਲੀ ਕਰਕੇ ਖਤਮ ਕੀਤੇ ਜਾ ਰਹੇ ਆ, ਜਿਵੇਂ ਕਿ ਪਹਿਲਾਂ ਭਰਤੀ ਨਹੀਂ ਕਰਨੀ, ਸਾਰਾ ਜਿਹੜਾ ਸਟਾਫ ਪ੍ਰਾਈਵੇਟ ਹੋ ਚੁੱਕਿਆ, ਸਰਕਾਰੀ ਮੁਲਾਜ਼ਮ ਨਹੀਂ ਹੈ ਵਿੱਚ ਕੋਈ। ਉਸ ਤੋਂ ਬਾਅਦ ਕੋਰਸ ਸਿੰਗਲ ਸਿੰਗਲ ਕਰਕੇ ਪ੍ਰਾਈਵੇਟ ਕਰਦੇ ਜਾ ਰਹੇ ਆ। ਉਹ ਜਿਹੜਾ ਮੁਕਤਸਰ ਦਾ ਇੱਕ ਕਾਲਜ ਆ, ਸਰਕਾਰੀ ਕਾਲਜ, ਉੱਥੇ 5 ਕੋਰਸ ਸਰਕਾਰੀ ਚੱਲਦੇ ਆ ਅਤੇ 6 ਕੋਰਸ ਪ੍ਰਾਈਵੇਟ ਚੱਲਦੇ ਆ। ਤੁਸੀਂ ਦੇਖੋ ਪ੍ਰਾਈਵੇਟ ਕੋਰਸ ਸਰਕਾਰੀ ਨਾਲੋਂ ਜ਼ਿਆਦਾ ਚੱਲ ਰਹੇ ਆ ਸਰਕਾਰੀ ਕਾਲਜ ਦੇ ਵਿੱਚ, ਅਤੇ ਇਹੀ ਹਾਲਤ ਸਾਡੇ ਇਹਨਾਂ ਕਾਲਜਾਂ ਦੀ ਹੋਣੀ ਆ। ਫੀਸ ਵਧਣੀ ਆ, ਉਹਦੇ ਨਾਲ ਕੀ ਹੋਣਾ ਕਿ ਜਿਹੜੇ ਗਰੀਬ ਘਰ ਦੇ ਬੱਚੇ ਸੀਗੇ, ਕਿਉਂਕਿ ਸਰਕਾਰੀ ਸੰਸਥਾਵਾਂ ਦਾ ਜਿਹੜਾ ਰੋਲ ਇਹ ਸੀਗਾ ਕਿ ਅਸੀਂ ਜਿਹੜੀ ਐਜੂਕੇਸ਼ਨ ਹਰ ਉਸ ਤਬਕੇ ਤੱਕ ਲੈ ਕੇ ਜਾਣੀ ਹੈ ਜਿਹੜਾ ਐਜੂਕੇਸ਼ਨ ਤੱਕ ਪਹੁੰਚ ਨਹੀਂ ਪਾ ਰਿਹਾ, ਜਿਹੜਾ ਮਹਿੰਗੀਆਂ ਮਹਿੰਗੀਆਂ ਫੀਸਾਂ ਦੇ ਕੇ ਪੜ੍ਹਾਈ ਨਹੀਂ ਕਰ ਪਾਉਂਦਾ, ਉੱਥੋਂ ਤੱਕ ਅਸੀਂ ਐਜੂਕੇਸ਼ਨ ਲੈ ਕੇ ਜਾਣੀ ਹੈ। ਇਹ ਸਰਕਾਰੀ ਸੰਸਥਾਵਾਂ ਦਾ ਰੋਲ ਸੀ, ਪਰ ਉਹ ਜਿਹੜੀਆਂ ਸੰਸਥਾਵਾਂ ਅੱਜ ਉਹ ਸਰਕਾਰੀ ਨਹੀਂ ਰਹੀਆਂ ਗੀਆਂ, ਅੱਜ ਉਸ ਕੋਰਸ ਪ੍ਰਾਈਵੇਟ ਆ, ਟੀਚਰ ਪ੍ਰਾਈਵੇਟ ਆ, ਫੀਸ ਪ੍ਰਾਈਵੇਟ ਤੌਰ 'ਤੇ ਲਈ ਜਾਂਦੀ ਆ। ਹਨਾ PTA ਫੰਡ ਦੇ ਨਾਂ 'ਤੇ ਸਟੂਡੈਂਟਸ ਤੋਂ 5,000 ਰੁਪਏ ਲਿਆ ਜਾ ਰਿਹਾ, ਜਿਹਦੇ ਰਾਹੀਂ ਕਾਲਜ ਦਾ ਬਿੱਲ ਤੋਂ ਲੈ ਕੇ ਡੈਸਕ ਤੱਕ ਉਹਨਾਂ ਪੈਸਿਆਂ 'ਚੋਂ ਲਿਆਂਦਾ ਜਾਂਦਾ। ਇਹ ਜਿਹੜੀ ਬੜੀ ਜਿਹੜੀ ਮਾੜੀ ਸਥਿਤੀ ਆ ਚੁੱਕੀ ਆ, ਜਿਹਦੇ 'ਚੋਂ ਜਿਹੜਾ ਆਮ ਘਰ ਸੀ, ਜਿਹੜੇ ਮਿਡਲ ਕਲਾਸ ਫੈਮਿਲੀ ਜਿਨ੍ਹਾਂ ਨੇ ਕੁਛ ਕੋਰਸ ਕਰਕੇ ਅੱਗੇ ਵਧਣਾ ਸੀਗਾ, ਗਰੀਬ ਘਰ ਦੇ ਬੱਚੇ ਤਾਂ ਪਹਿਲਾਂ ਹੀ ਬਾਹਰ ਆ ਇਹਨਾਂ ਚੀਜ਼ਾਂ 'ਚੋਂ। ਜਿਹੜੇ ਕੁਛ ਚੰਗੇ ਘਰ ਦੇ ਬੱਚੇ ਸੀ, ਜਿਹੜੇ ਸਰਕਾਰੀ ਕਾਲਜਾਂ 'ਚ ਪੜ੍ਹ ਪਾ ਰਹੇ ਸੀ, ਉਹਨਾਂ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਪੜ੍ਹ ਨਹੀਂ ਪਾਉਣਾ ਗਾ। ਅਤੇ ਨਾਲ ਹੀ ਜਿਹੜੀ ਅਸੀਂ ਅੱਜ BSc ਐਗਰੀਕਲਚਰ ਦੀ ਵੀ ਅਸੀਂ ਗੱਲ ਕਰਦੇ ਹਾਂ, ਐਗਰੀਕਲਚਰ ਦਾ ਇਸ ਦੇਸ਼ ਦੇ ਵਿੱਚ, ਇਸ ਸੂਬੇ ਦੇ ਵਿੱਚ ਬਹੁਤ ਵੱਡਾ ਸੰਕਟ ਆ। ਪੰਜਾਬ ਦੇ ਵਿੱਚ 25 ਕਿਸਮ ਦਾ ਫਸਲਾਂ 25 ਕਿਸਮ ਦੀਆਂ ਫਲ ਜਿਹੜੇ ਹੋ ਸਕਦੇ ਆ, ਇਹ PAU ਦਾ ਬਾਗਬਾਨੀ ਵਿਭਾਗ ਕਹਿੰਦਾ, ਪਰ ਇੱਥੇ ਕਿੰਨੂ ਅਤੇ ਅਮਰੂਦ ਵੱਧ ਤੋਂ ਵੱਧ ਲੱਗਦਾ, ਉਸ ਤੋਂ ਇਲਾਵਾ ਕੋਈ ਖੇਤੀ ਨਹੀਂ ਕਰਵਾਈ ਜਾਂਦੀ ਇੱਥੇ। ਖੇਤੀ ਬਹੁਤ ਸਾਰੇ ਵਿਗਿਆਨੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਝੋਨੇ ਨੂੰ ਕਿਸ ਤਰ੍ਹਾਂ ਪ੍ਰਫੁੱਲਿਤ ਕੀਤਾ ਜਾ ਸਕਦਾ, ਬਾਗਬਾਨੀ ਕਿਸ ਤਰ੍ਹਾਂ ਹੋਵੇ, ਜਿਹੜੀਆਂ ਬਦਲਵੀਆਂ ਫਸਲਾਂ ਝੋਨੇ ਤੋਂ ਇਲਾਵਾ ਕੀ ਕੁਛ ਹੋਵੇ, ਇਹ ਖੇਤੀਬਾੜੀ ਦਾ ਵਿਸ਼ਾ, ਇਹਦੇ 'ਤੇ ਖੋਜਾਂ ਹੋ ਚੁੱਕੀਆਂ, ਬਕਾਇਦਾ ਸਟੱਡੀ ਆ ਕਿ ਇਹ ਚੀਜ਼ਾਂ ਲਾਗੂ ਕੀਤੀਆਂ, ਪਰ ਲਾਗੂ ਨਹੀਂ ਕੀਤੀਆਂ ਗਈਆਂ। ਇਹ ਜਿਹੜੀਆਂ ਪਹਿਲੀ ਗੱਲ ਤਾਂ ਇੱਕ ਤਾਂ ਉਹ ਜਿਹੜੀਆਂ ਚੀਜ਼ਾਂ ਖੋਜ ਹੋ ਚੁੱਕੀ ਉਹ ਲਾਗੂ ਨਹੀਂ ਕੀਤੀ ਜਾ ਰਹੀ, ਦੂਸਰੀ ਕਿ ਇਹਨਾਂ 'ਤੇ ਖੋਜਾਂ ਹੋਣੀਆਂ ਬਹੁਤ ਜ਼ਰੂਰੀ ਆ ਜੇ ਅਸੀਂ ਪੰਜਾਬ ਦੇ ਇਨਵਾਇਰਮੈਂਟ ਨੂੰ, ਪੰਜਾਬ ਦੀ ਖੇਤੀ ਨੂੰ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਖੇਤੀਬਾੜੀ ਦੀ ਪੜ੍ਹਾਈ, ਖੇਤੀਬਾੜੀ ਦੇ ਵਿਦਿਆਰਥੀ, ਖੇਤੀਬਾੜੀ 'ਤੇ ਖੋਜ ਬਹੁਤ ਜ਼ਰੂਰੀ ਆ। ਅਤੇ ਅਸੀਂ ਇਹ ਮੰਨਦੇ ਹਾਂ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਖੇਤੀਬਾੜੀ ਦੇ ਕੋਰਸਿਸ ਹੋਣੇ ਚਾਹੀਦੇ ਆ, ਇਸ ਤਰ੍ਹਾਂ ਦੇ ਕਾਲਜ ਹੋਣੇ ਚਾਹੀਦੇ ਜਿਹੜਾ ਪੂਰੇ ਦਾ ਪੂਰਾ ਖੇਤੀਬਾੜੀ ਦੇ ਵਿਸ਼ੇ ਨੂੰ ਸਮਰਪਿਤ ਹੋਵੇ। ਪਰ ਇਸ 4-5 ਜ਼ਿਲ੍ਹਿਆਂ ਦੇ ਵਿੱਚ, ਆਲੇ ਦੁਆਲੇ ਦੇ 5 ਜ਼ਿਲ੍ਹਿਆਂ ਦੇ ਵਿੱਚ ਇੱਕੋ ਹੀ ਸਰਕਾਰੀ ਕਾਲਜ ਆ ਜਿੱਥੇ ਇੱਕ ਖੇਤੀਬਾੜੀ ਦਾ ਕੋਰਸ ਹੋ ਰਿਹਾ ਹੈਗਾ, ਅਤੇ ਉਹ ਖੇਤੀਬਾੜੀ ਦੀ ਤੁਸੀਂ ਹਾਲਤ ਦੇਖੋ ਕਿ ਉਹ ਜਿਹੜਾ ਪਿਛਲੇ ਆ ਜਿਹੜਾ ਕੁਛ ਮਤਲਬ ਪਿਛਲੇ 1 ਮਹੀਨੇ ਤੋਂ ਸਟੂਡੈਂਟ ਜਿਹੜਾ ਧਰਨੇ 'ਤੇ ਬੈਠੇ ਆ, ਪੱਕਾ ਧਰਨਾ ਲਾ ਕੇ ਬੈਠੇ ਆ, ਉਸੇ ਥਾਂ 'ਤੇ ਧਰਨਾ ਲਾਇਆ ਹੋਇਆ ਜਿੱਥੇ ਇਸ ਇਹਨਾਂ MLA ਸਾਹਿਬ ਨੇ ਲਾਇਆ ਹੋਇਆ ਸੀਗਾ, ਅਤੇ ਉੱਥੇ ਜਿਹੜਾ ਇਹਨਾਂ ਨੇ ਇੱਕ ਵਾਰ ਵੀ ਗੇੜਾ ਤੱਕ ਨਹੀਂ ਮਾਰਿਆ ਹੈਗਾ। ਇਹ ਸਰਕਾਰ ਦੇ ਕਿਸੇ ਅਫਸਰ ਨੇ ਗੇੜਾ ਤੱਕ ਨਹੀਂ ਮਾਰਿਆ, ਕੋਈ ਭਰੋਸਾ ਤੱਕ ਨਹੀਂ ਦਿੱਤਾ ਗਾ ਕਿ ਅਸੀਂ ਤੁਹਾਡਾ ਕੋਈ ਹੱਲ ਕਰਾਂਗੇ। ਅਤੇ ਉਹ ਸਟੂਡੈਂਟ ਜਿਹੜਾ ਜਿਨ੍ਹਾਂ ਦਾ ਭਵਿੱਖ ਖਤਰੇ ਦੇ ਵਿੱਚ ਆ, ਜਿਨ੍ਹਾਂ ਦੇ ਕਈ ਸਾਲ ਖਰਾਬ ਹੋ ਗਏ, ਜਿਨ੍ਹਾਂ ਨੇ ਪਹਿਲਾਂ ਵੀ ਪੈਸੇ ਭਰੇ, ਸਾਲ ਦੀ ਪੜ੍ਹਾਈ ਪੜ੍ਹੀ ਹੋਈ, 2-2 ਸਾਲ ਪੜ੍ਹੇ ਹੋਏ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿੱਥੇ ਜਾਣਾ ਅਸੀਂ, ਕਿਵੇਂ ਕਰਨਾ, ਇਹ ਹਾਲਤ ਹੋ ਚੁੱਕੀ ਹੈ ਇਸ ਕਾਲਜ ਦੀ, ਇੱਥੋਂ ਦੇ ਕੋਰਸ ਦੀ।